ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਆਪਦੇ ਆਪਣੇ ਹੀ ਪਿਆਰੇ ਯੂਟਿਊਬ ਚੈਨਲ ਆਰ ਕੇ ਸਟੱਡੀ ਇਗਜ਼ਾਮ ਦੇ ਵਿੱਚ। ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਪਟਵਾਰੀ ਦੀ ਭਰਤੀ ਦੇ ਰਿਲੇਟਡ। ਸੋ ਪੰਜਾਬ ਪਟਵਾਰੀ ਦੇ ਵਿੱਚ ਜਿਹੜੇ ਜੀਕੇ ਦੇ ਕੁਐਸਚਨ ਆਉਂਦੇ ਨੇ, ਅੱਜ ਆਪਾਂ ਉਹਨਾਂ ਦੇ ਬਾਰੇ ਪੜ੍ਹਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਓ, ਕਿਉਂਕਿ ਜਿਹੜੇ ਕੁਐਸਚਨ ਇਹਦੇ ਵਿੱਚ ਪੜ੍ਹਾਏ ਜਾਣਗੇ, ਕੋਈ ਵੀ ਕੁਐਸਚਨ ਇਸ ਤੋਂ ਬਾਹਰ ਨਹੀਂ ਹੋਏਗਾ ਜਿਹੜਾ ਪੰਜਾਬ ਪਟਵਾਰੀ ਦੇ ਭਰਤੀ ਦੇ ਵਿੱਚ ਕੁਐਸਚਨ ਆਉਣਗੇ। ਅਤੇ ਤੁਸੀਂ ਆਰਾਮ ਨਾਲ ਇਸ ਦੇ ਵਿੱਚੋਂ 5 ਨੰਬਰ ਪੱਕੇ ਕਰ ਲਓਗੇ। ਅਤੇ ਦੋਸਤੋ, ਤੁਸੀਂ ਇਹਨਾਂ ਕੁਐਸਚਨਾਂ ਨੂੰ ਪੂਰੀ ਤਰ੍ਹਾਂ ਰੱਟ ਲਿਓ, ਕਿਉਂਕਿ ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਕੁਐਸਚਨ ਨੇ। ਅਤੇ ਜੇ ਹਜੇ ਤੱਕ ਤੁਸੀਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ। ਅਤੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਔਰ ਆਪਦੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰਿਓ। ਅਤੇ ਜੋ ਇਸ ਦੀ PDF ਹੋਏਗੀ ਦੋਸਤੋ, ਉਹ ਅਸੀਂ ਇਸ ਦੇ ਡਿਸਕ੍ਰਿਪਸ਼ਨ ਲਿੰਕ ਵਿੱਚ ਪ੍ਰੋਵਾਈਡ ਕਰ ਦਾਂਗੇ। ਤੁਸੀਂ ਉੱਥੇ ਜਾ ਕੇ ਇਸ ਦੀ ਵੀਡੀਓ ਨੂੰ ਡਾਊਨਲੋਡ ਕਰ ਲਓਗੇ ਅਤੇ ਇਸ ਦੀ PDF ਹੈ ਜੋ ਇਸ ਦੀ ਆਰਾਮ ਨਾਲ ਡਾਊਨਲੋਡ ਕਰਕੇ ਤੁਸੀਂ ਪੜ੍ਹ ਸਕੋਗੇ। ਅਤੇ ਜ਼ਿਆਦਾ ਸਾਹਮਣਾ ਲੈਂਦੇ ਹੋਏ ਚਲੋ ਦੋਸਤੋ ਵੀਡੀਓ ਨੂੰ ਸਟਾਰਟ ਕਰ ਲੈਂਦੇ ਆਪਾਂ। ਅਤੇ ਦੋਸਤੋ, ਆਪਣਾ ਅੱਜ ਦਾ ਪਹਿਲਾ ਕੁਐਸਚਨ ਹੈ, ਪੰਜਾਬ ਰਾਜ ਦੀ ਸਥਾਪਨਾ ਕਦੋਂ ਹੋਈ ਸੀ? ਇਹ ਪੁੱਛ ਰਹੇ ਨੇ ਕਿ ਪੰਜਾਬ ਰਾਜ ਦੀ ਸਥਾਪਨਾ ਕਦੋਂ ਕੀਤੀ ਗਈ ਸੀ। ਤਾਂ ਇਸ ਦਾ ਸਹੀ ਆਨਸਰ ਹੋਵੇਗਾ 1 ਨਵੰਬਰ 1966 ਦੇ ਵਿੱਚ ਹੈ ਜਿਹੜੋ ਪੰਜਾਬ ਰਾਜ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ, ਪੰਜਾਬ ਵਿੱਚ ਆਖਰੀ ਵਾਰ ਰਾਸ਼ਟਰਪਤੀ ਸ਼ਾਸਨ ਕਦੋਂ ਲਾਗੂ ਹੋਇਆ ਸੀ? ਪੰਜਾਬ ਵਿੱਚ ਆਖਰੀ ਵਾਰ ਰਾਸ਼ਟਰਪਤੀ ਸ਼ਾਸਨ ਕਦੋਂ ਲਾਗੂ ਹੋਇਆ ਸੀ ਦੋਸਤੋ? ਇਹ ਹੈ ਰਾਈਟ, 1987 ਦੇ ਵਿੱਚ ਹੈ ਜੋ ਰਾਸ਼ਟਰਪਤੀ ਸ਼ਾਸਨ ਲਾਗੂ ਹੋਇਆ ਸੀ ਆਖਰੀ ਵਾਰ। ਠੀਕ ਹੈ ਦੋਸਤੋ, ਅਗਲਾ ਪ੍ਰਸ਼ਨ ਹੈ, ਪਹਿਲੀ ਵਾਰ ਪੰਜਾਬੀ ਫਿਲਮ ਕਿਹੜੀ ਸੀ? ਪਹਿਲੀ ਪੰਜਾਬੀ ਫਿਲਮ ਕਿਹੜੀ ਸੀ ਦੋਸਤੋ? ਪਹਿਲੀ ਪੰਜਾਬੀ ਫਿਲਮ ਸੀ ਪਿੰਡ ਦੀ ਕੁੜੀ। ਇਹ ਸਹੀ ਆਨਸਰ ਹੋਵੇਗਾ ਦੋਸਤੋ, ਪਹਿਲੀ ਪੰਜਾਬੀ ਫਿਲਮ ਪਿੰਡ ਦੀ ਕੁੜੀ ਸੀ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਹੈ, ਸਲੋਕ ਕੀ ਹੈ? ਸਲੋਕ ਬਾਰੇ ਪੁੱਛ ਰਹੇ ਨੇ, ਕਾਵਿ ਰੂਪ, ਨਾਵਲ, ਨਾਟਕ ਜਾਂ ਕਿੱਸਾ? ਤਾਂ ਇਸਦਾ ਸਹੀ ਆਨਸਰ ਹੋਵੇਗਾ ਕਾਵਿ ਰੂਪ। ਕਾਵਿ ਰੂਪ ਹੈ ਸਲੋਕ, ਸਲੋਕ ਪੁੱਛਿਆ ਸਲੋਕ ਕੀ ਹੈ, ਸਲੋਕ ਕਾਵਿ ਰੂਪ ਹੈ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਦੀ ਗੱਲ ਕਰਦੇ ਹਾਂ, ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ? ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ? ਤਾਂ ਜੋ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਉਹ ਲੁਧਿਆਣਾ ਮੰਨਿਆ ਜਾਂਦਾ ਹੈ, ਕਿਉਂਕਿ ਉੱਥੇ ਬਹੁਤ ਸਾਰਾ ਉਦਯੋਗ ਵੀ ਨੇ, ਫੈਕਟਰੀਆਂ ਲੱਗੀਆਂ ਹੋਈਆਂ ਨੇ, ਸੋ ਟ੍ਰੈਫਿਕ ਵੀ ਜ਼ਿਆਦਾ ਉੱਥੇ, ਲੁਧਿਆਣਾ ਸਭ ਤੋਂ ਵੱਡਾ ਸ਼ਹਿਰ ਮੰਨਿਆ ਗਿਆ। ਅਗਲਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਪੰਜਾਬ ਦਾ ਗੁਆਂਢੀ ਰਾਜ ਹੈ? ਪੰਜਾਬ ਦਾ ਗੁਆਂਢੀ ਰਾਜ ਪੁੱਛ ਰਹੇ ਨੇ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਹਰਿਆਣਾ ਜਾਂ 1 ਅਤੇ 3 ਦੋਵੇਂ? ਅਤੇ ਇਹਦੇ ਵਿੱਚੋਂ ਰਾਈਟ ਆਨਸਰ ਹੋਵੇਗਾ 1 ਅਤੇ 3 ਦੋਵੇਂ, ਕਿਉਂਕਿ ਜੰਮੂ ਕਸ਼ਮੀਰ ਅਤੇ ਹਰਿਆਣਾ ਇਹ ਦੋਵੇਂ ਹੀ ਪੰਜਾਬ ਦੇ ਗੁਆਂਢੀ ਰਾਜ ਨੇ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਹੈ, ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਸਥਿਤ ਹੈ? ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਸਥਿਤ ਹੈ? ਸੋ ਖੰਨਾ ਦੇ ਵਿੱਚ ਹੈ ਜੋ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਸਥਿਤ ਹੈ। ਅਗਲਾ ਕੁਐਸਚਨ ਹੈ, ਪੰਜਾਬ ਰਾਜ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ? ਪੰਜਾਬ ਰਾਜ ਦੇ ਜੋ ਪਹਿਲੇ ਮੁੱਖ ਮੰਤਰੀ ਸਨ ਉਹ ਕੌਣ ਸਨ? ਗਿਆਨੀ ਗੁਰਮੁਖ ਸਿੰਘ ਮੁਸਾਫਰ। ਗਿਆਨੀ ਗੁਰਮੁਖ ਸਿੰਘ ਮੁਸਾਫਰ ਸੀ ਜਿਹੜੇ ਉਹ ਪੰਜਾਬ ਰਾਜ ਦੇ ਪਹਿਲੇ ਮੁੱਖ ਮੰਤਰੀ ਸਨ। ਸੋ ਆਪਸ਼ਨ ਨੰਬਰ 1 ਸਹੀ ਹੋਵੇਗਾ। ਅਗਲਾ ਕੁਐਸਚਨ ਦੇਖਦੇ ਹਾਂ, ਪੰਜਾਬ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਲੰਬੀ ਨਦੀ ਪੁੱਛ ਰਹੇ ਨੇ, ਪੰਜਾਬ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਤਾਂ ਸਤਲੁਜ ਹੈ ਜੋ ਉਹ ਪੰਜਾਬ ਦੀ ਸਭ ਤੋਂ ਲੰਬੀ ਨਦੀ ਹੋਵੇਗੀ ਦੋਸਤੋ, ਅਤੇ ਰਾਈਟ ਆਨਸਰ ਹੋਵੇਗਾ ਸਤਲੁਜ। ਅਗਲਾ ਕੁਐਸਚਨ ਹੈ, ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿੱਥੇ ਸਥਿਤ ਹੈ? ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿੱਥੇ ਸਥਿਤ ਹੈ? ਲਾਹੌਰ, ਅੰਮ੍ਰਿਤਸਰ, ਪਟਿਆਲਾ, ਮੋਹਾਲੀ? ਤੋ ਜੋ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਸਥਿਤ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੈ ਦੋਸਤੋ, ਅੰਮ੍ਰਿਤਸਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਸਥਿਤ ਹੈ। ਨੈਕਸਟ ਕੁਐਸਚਨ ਹੈ, ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਜਿਹੜਾ ਆਪਣਾ ਪੰਜਾਬ ਹੈ ਇਹ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਭਾਸ਼ਾ ਬਾਰੇ ਪੁੱਛ ਰਹੇ ਨੇ, ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਫਾਰਸੀ ਭਾਸ਼ਾ, ਉਰਦੂ, ਅਰਬੀ ਜਾਂ ਬੰਗਾਲੀ ਤੋਂ? ਤਾਂ ਜੋ ਪੰਜਾਬ ਸ਼ਬਦ ਹੈ ਉਹ ਆਪਣਾ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ, ਤੋ ਇਸਦਾ ਰਾਈਟ ਆਨਸਰ ਹੋਵੇਗਾ ਫਾਰਸੀ ਭਾਸ਼ਾ, ਆਪਸ਼ਨ ਨੰਬਰ 1। ਠੀਕ ਹੈ ਦੋਸਤੋ, ਅਗਲਾ ਕੁਐਸਚਨ ਦੀ ਗੱਲ ਕਰਦੇ ਹਾਂ, 27 ਜੁਲਾਈ 2011 ਨੂੰ ਪੰਜਾਬ ਦਾ ਕਿਹੜਾ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ? ਸੋ ਆਪਾਂ 11 ਦੇ ਵਿੱਚ ਇੱਕ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ 27 ਜੁਲਾਈ 2011 ਦੇ ਵਿੱਚ, ਉਹ ਜ਼ਿਲ੍ਹੇ ਬਾਰੇ ਪੁੱਛ ਰਹੇ ਨੇ ਕਿ ਕਿਹੜਾ ਜ਼ਿਲ੍ਹਾ ਬਣਾਇਆ ਗਿਆ ਸੀ।
ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਜਾਂ ਹੁਸ਼ਿਆਰਪੁਰ। ਤਾਂ 27 ਜੁਲਾਈ 2011 ਨੂੰ ਪਠਾਨਕੋਟ ਸੀ ਜਿਹੜਾ, ਇਹ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ। ਠੀਕ ਹੈ ਦੋਸਤੋ, ਧਿਆਨ ਨਾਲ ਯਾਦ ਕਰ ਲਿਓ ਇਹਨਾਂ ਪ੍ਰਸ਼ਨਾਂ ਨੂੰ, ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਕੁਐਸਚਨ ਨੇ ਦੋਸਤੋ। ਪੰਜਾਬ ਦਾ ਸਭ ਤੋਂ ਗਰਮ ਸਥਾਨ ਕਿਹੜਾ ਹੈ? ਪੰਜਾਬ ਦਾ ਸਭ ਤੋਂ ਗਰਮ ਸਥਾਨ ਪੁੱਛ ਰਹੇ ਨੇ, ਲੁਧਿਆਣਾ, ਅੰਮ੍ਰਿਤਸਰ, ਕਪੂਰਥਲਾ ਜਾਂ ਰੂਪਨਗਰ। ਤਾਂ ਜੋ ਅੰਮ੍ਰਿਤਸਰ ਹੋਵੇਗਾ ਉਹ ਸਭ ਤੋਂ ਗਰਮ ਸਥਾਨ ਹੈ ਦੋਸਤੋ ਪੰਜਾਬ ਦਾ, ਜਿੱਥੇ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਹੈ। ਨੈਕਸਟ ਕੁਐਸਚਨ ਹੈ ਦੋਸਤੋ, ਸੁਖਮਣਾ ਝੀਲ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਜੋ ਚੰਡੀਗੜ੍ਹ ਦੇ ਵਿੱਚ ਹੈ ਸੁਖਮਣਾ ਝੀਲ, ਉਸ ਦੀ ਸਥਾਪਨਾ ਪੁੱਛ ਰਹੇ ਨੇ। ਇਹ ਵੀ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਸੁਖਮਣਾ ਝੀਲ ਦੀ ਸਥਾਪਨਾ ਬਾਰੇ। ਤਾਂ ਇਸ ਦਾ ਸਾਨੂੰ ਯਾਦ ਰੱਖਣਾ ਤੁਸੀਂ 1958 ਦੇ ਵਿੱਚ, ਠੀਕ ਹੈ, ਇਸ ਦਾ ਰਾਈਟ ਆਂਸਰ ਹੋਗਾ 1958 ਦੇ ਵਿੱਚ ਸੁਖਮਣਾ ਝੀਲ ਦੀ ਸਥਾਪਨਾ ਕੀਤੀ ਗਈ ਸੀ। ਅਗਲੇ ਕੁਐਸਚਨ ਦੀ ਬਾਰੇ ਗੱਲ ਕਰਦੇ ਹਾਂ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਪੰਜਾਬ ਸਕੂਲ ਸਿੱਖਿਆ ਬੋਰਡ PSEB ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਤਾਂ ਇਸ ਦਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ 1, 1969 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ। ਠੀਕ ਹੈ ਦੋਸਤੋ, ਯਾਦ ਕਰ ਲਓ ਇਹਨੂੰ ਵੀ। ਅਗਲਾ ਕੁਐਸਚਨ ਹੈ, ਸ਼ਹੀਦਾਂ ਦੀ ਧਰਤੀ ਕਿਹੜੇ ਜ਼ਿਲ੍ਹੇ ਨੂੰ ਕਹਿੰਦੇ ਹਨ? ਸ਼ਹੀਦਾਂ ਦੀ ਮਤਲਬ ਸਭ ਤੋਂ ਜ਼ਿਆਦਾ ਜਿਹੜੇ ਸ਼ਹੀਦ ਹੋਏ ਨੇ ਉਸ ਕਿਹੜੇ ਜ਼ਿਲ੍ਹੇ ਨੂੰ ਕਹਿੰਦੇ ਨੇ, ਮਤਲਬ ਸ਼ਹੀਦਾਂ ਦੀ ਧਰਤੀ? ਅੰਮ੍ਰਿਤਸਰ, ਸ਼੍ਰੀ ਮੁਕਤਸਰ ਸਾਹਿਬ, ਅਨੰਦਪੁਰ ਸਾਹਿਬ ਜਾਂ ਫਿਰੋਜ਼ਪੁਰ। ਤਾਂ ਇਸ ਦਾ ਰਾਈਟ ਆਂਸਰ ਹੋਵੇਗਾ ਫਿਰੋਜ਼ਪੁਰ ਨੂੰ, ਜੋ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ। ਯਾਦ ਕਰ ਲਿਓ ਫਰੈਂਡ, ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਹੈ, ਪੰਜਾਬ ਪੁਲਿਸ ਅਕੈਡਮੀ ਕਿੱਥੇ ਸਥਿਤ ਹੈ? ਪੰਜਾਬ ਪੁਲਿਸ ਅਕੈਡਮੀ, ਚਾਰ ਆਪਸ਼ਨ ਦਿੱਤੀਆਂ ਹੋਈਆਂ ਆਪਣੇ ਸਾਹਮਣੇ, ਅਬੋਹਰ, ਫਿਲੌਰ, ਮੋਹਾਲੀ, ਪਟਿਆਲਾ। ਤਾਂ ਪੰਜਾਬ ਪੁਲਿਸ ਅਕੈਡਮੀ ਹੈ ਉਹ ਫਿਲੌਰ ਦੇ ਵਿੱਚ ਸਥਿਤ ਹੈ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਦੀ ਗੱਲ ਕਰਦੇ ਹਾਂ ਆਪਾਂ, ਪੰਜਾਬ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਕਿਹੜੇ ਜ਼ਿਲ੍ਹੇ ਵਿੱਚ ਹੈ? ਸਭ ਤੋਂ ਘੱਟ ਲਿੰਗ ਅਨੁਪਾਤ ਕਿਹੜੇ ਜ਼ਿਲ੍ਹੇ ਵਿੱਚ ਹੈ? ਸੋ ਬਠਿੰਡੇ ਵਿੱਚ ਹੈ ਜੋ ਸਭ ਤੋਂ ਘੱਟ ਲਿੰਗ ਅਨੁਪਾਤ ਹੈ ਦੋਸਤੋ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਹੈ, ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਬਣੀ ਸੀ? ਸੋ 1947 ਤੋਂ ਬਾਅਦ ਪੁੱਛ ਰਹੇ ਨੇ, ਆਜ਼ਾਦੀ ਮਿਲ ਗਈ ਸੀ 1947 ਤੋਂ ਬਾਅਦ ਆਪਣੀ, ਵੀ ਉਸ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕੌਣ ਕਿਹੜੀ ਬਣੀ ਸੀ? ਸੋ ਸ਼ਿਮਲਾ ਬਣੀ ਸੀ ਆਪਣੀ ਪੰਜਾਬ, ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ। ਤਾਂ ਇਸ ਦਾ ਆਪਸ਼ਨ 3 ਰਾਈਟ ਹੋਏਗਾ ਦੋਸਤੋ, ਸ਼ਿਮਲਾ ਜੋ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਬਣੀ ਸੀ। ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ, ਨੈਕਸਟ ਔਰ ਲਾਸਟ ਕੁਐਸਚਨ ਹੈ ਆਪਣਾ, ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਝੋਨਾ ਪੈਦਾ ਕਰਦਾ ਹੈ? ਸੋ ਬਰਨਾਲਾ, ਸੰਗਰੂਰ, ਗੁਰਦਾਸਪੁਰ ਜਾਂ ਪਟਿਆਲਾ। ਤਾਂ ਇਸਦਾ ਉੱਤਰ ਹੈ ਜੋ ਦੋਸਤੋ ਮੈਂ ਨਹੀਂ ਦੱਸਾਂਗਾ, ਤੁਸੀਂ ਇਸਦਾ ਉੱਤਰ ਕਮੈਂਟ ਬਾਕਸ ਵਿੱਚ ਉੱਤਰ ਦੇਣਾ ਸਭ ਨੇ, ਅਤੇ ਜਿਹਨੂੰ ਰਾਈਟ ਆਂਸਰ ਪਤਾ ਹੋਵੇਗਾ ਉਹ ਆਪਣਾ ਉੱਤਰ ਕਮੈਂਟ ਬਾਕਸ ਦੇ ਵਿੱਚ ਦੇ ਦਿਓ। ਠੀਕ ਹੈ ਦੋਸਤੋ, ਅਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ? ਅਤੇ ਵੀਡੀਓ ਨੂੰ ਲਾਈਕ ਕਰ ਦਿਓ ਦੋਸਤੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਆਪਣੇ ਹੋਰ ਦੋਸਤਾਂ ਨਾਲ ਸ਼ੇਅਰ ਕਰਿਓ, ਅਤੇ ਜਲਦੀ ਹਾਜ਼ਰ ਹੋਵਾਂਗੇ ਇਸਦਾ ਨੈਕਸਟ ਪਾਰਟ ਲੇਕਰ। ਠੀਕ ਹੈ ਦੋਸਤੋ, ਧੰਨਵਾਦ ਦੋਸਤੋ।